ਦੇਖੋ ਮੈਂ ਕਈ ਦਿਨ ਹੋ ਗਏ ਜਿਹੜੇ ਕਾਂਗਰਸ ਦੇ ਕੈਂਡੀਡੇਟ ਨੇ ਵੜਿੰਗ ਸਾਹਿਬ ਉਹਨਾਂ ਦੇ ਜਿਹੜਾ ਐਡਾ ਵੱਡਾ ਦੋਸ਼ ਲੱਗਿਆ, ਜਿਹੜਾ ਐਡੀ ਵੱਡੀ ਐਫ ਆਈ ਆਰ ਦਰਜ ਹੋਈ ਆ 1,20,00,000 ਰੁਪਇਆ ਵੜਿੰਗ ਸਾਹਿਬ ਤੇ ਉਹਨਾਂ ਦੇ ਸਾਲਾ ਸਾਹਿਬ, ਮੇਰਾ ਕਹਿਣ ਤੋਂ ਭਾਵ ਉਹਨਾਂ ਦੀ ਧਰਮ ਪਤਨੀ, ਉਹਨਾਂ ਦੇ ਭਰਾ ਜਿਵੇਂ ਮਜੀਠੀਆ ਸਾਹਿਬ ਨੇ, ਉਵੇਂ ਹੀ ਵੜਿੰਗ ਸਾਹਿਬ ਦੇ ਸਾਲਾ ਸਾਹਿਬ ਨੇ ਜਿਹੜੇ, ਉਹਨਾਂ ਨੇ 3 ਜਾਨਾਂ ਲਈਆਂ, 3 ਜਾਨਾਂ ਜੀ ਚ ਕਰਨ ਕਟਾਰੀਆ ਤੇ ਉਹਨਾਂ ਦੇ 3 ਸਾਲ ਦੀ ਜਿਹੜੀ ਆ ਉਹ ਬੇਟਾ ਤੇ 7 ਸਾਲ ਦੀ ਬੇਟੀ, ਉਹਦੇ ਉੱਤੇ ਅੱਜ ਤੱਕ ਕੋਈ ਵੀ ਲੁਧਿਆਣੇ ਵਾਲਿਓ ਅੱਜ ਤੱਕ ਉਸ ਤੇ 1 ਵੀ ਗੱਲ ਆ ਜਿਹੜੀ ਹਜੇ ਤੱਕ ਇਹ ਸਾਰੇ ਪਰਿਵਾਰ ਨੇ ਕੀਤੀ ਨਹੀਂ। ਤੁਸੀਂ ਇਹ ਲੁਧਿਆਣੇ ਚ ਫਿਰ ਰਹੇ ਨੇ, ਇਹ ਵੈਸ਼ੀ ਦਰਿੰਦੇ ਨੇ ਤੇ ਉਹ ਜਿਹੜੀ ਇੱਕ ਤੇ 2 ਬੱਚਿਆਂ ਦੇ ਇੱਕ ਬਾਪ ਦੀ ਜਾਨ ਮਾਂ ਬਚ ਗਈ ਤੇ ਉਹ ਐਫ ਆਈ ਆਰ ਜਿਹੜੀ ਆ ਉਹ ਧਰਮ ਪਤਨੀ ਨੇ ਕਰਵਾਈ, ਐਫ ਆਈ ਆਰ ਜਿਹੜੇ ਕਰਨ ਕਟਾਰੀਆ ਦੇ ਭਰਾ ਨੇ ਕਰਾਈ, ਜਿਹੜੇ ਪੈਸੇ ਸੀ ਉਹ ਜਦੋਂ ਟਰੱਕ ਆਪਰੇਟਰਾਂ ਦੇ ਪੈਸੇ ਸੀਗੇ ਜਿਹੜੇ ਕਿ ਉਹਨੇ ਠੇਕਾ ਲਿਆ ਹੋਇਆ ਸੀ, ਉਹ ਤੋਂ ਪੈਸੇ ਪਹਿਲਾਂ ਆਧਾਰੇ ਲੈ ਲਏ, ਮੁੜ ਕੇ ਕਹਿੰਦੇ ਅਸੀਂ ਨਹੀਂ ਦਿੰਦੇ ਪੈਸੇ, ਕਰ ਲਾ ਜੋ ਕੀ ਕਰਨਾ। ਇਹ ਐਡੀ ਧੌਸ, ਐਡਾ ਤਾਕਤ ਦਾ ਨਸ਼ਾ, ਉਸ ਵੇਲੇ ਤਾਂ ਇਹ ਐਮ ਐਲ ਏ ਸੀ ਤੇ ਉਸ ਵੇਲੇ ਐਮ ਐਲ ਏ ਬਣ ਕੇ ਜਦੋਂ ਇਹ ਕੁਛ ਕਰ ਸਕਦੇ ਆ, ਤੁਸੀਂ ਲੁਧਿਆਣੇ ਦੇ ਲੋਕੋ ਇਹਨਾਂ ਨੂੰ ਇਹ ਸਵਾਲ ਕਰੋ। ਮੈਂ ਮੀਡੀਆ ਨੂੰ ਵੀ ਪੁੱਛਣਾ ਚਾਹੁੰਦਾ, ਯਾਰ ਕਮਾਲ ਹੋ ਗਈ, ਇੱਕ ਪਰਿਵਾਰ ਖਾ ਗਿਆ ਇਹ ਪਰਿਵਾਰ, ਇਹ ਵੜਿੰਗ ਪਰਿਵਾਰ ਇੱਕ ਪੂਰੀ ਫੈਮਿਲੀ ਆ ਜਿਹੜੀ ਉਹ ਮੁਕਤਸਰ ਦੀ ਖਾ ਗਿਆ, ਉਹਨਾਂ ਨੂੰ ਖਤਮ ਕਰਤਾ, ਉਹਨਾਂ ਨੇ ਨਹੀਂ ਦੁਬਾਰਾ ਆਉਣਾ। ਉਹ ਜਿਹੜੇ ਨੰਨੇ ਮੁੰਨੇ ਬੱਚੇ 3 ਸਾਲ ਦੇ 7 ਸਾਲ ਦੇ, ਉਹ ਮਾਂ ਕਿਵੇਂ ਜੋਰੀ ਹੋਊਗੀ, ਉਹ ਦਾਦਾ ਦਾਦੀ ਕਿਵੇਂ ਜੋਰੇ ਹੋਣਗੇ ਉਹਨਾਂ ਤੋਂ ਬਗੈਰ, ਤੁਸੀਂ ਦੇਖੋ ਤਾਂ ਸਹੀ। ਤੇ ਉਰੇ ਇਹ ਕਰੋੜਾਂ ਦੀਆਂ ਗੱਲਾਂ, ਆਪਣੇ ਆਪ ਇਹ ਕਰੋੜਾਂ ਦੀਆਂ ਗੱਡੀਆਂ ਕਹਿੰਦੇ ਨੇ ਕਿੱਥੋਂ ਆਈਆਂ, ਇਹ ਕਰਨ ਕਟਾਰੀਆ ਪਰਿਵਾਰ ਅਰਗੇ ਜਿਨ੍ਹਾਂ ਦੇ ਪੈਸੇ ਲੈ ਕੇ ਅੱਜ 1 ਕਰੋੜਾਂ ਦੀਆਂ ਗੱਡੀਆਂ ਚ ਘੁੰਮ ਰਹੇ ਆ। ਆਪਾਂ ਦੇਖੋ ਤਾਂ ਸਹੀ ਵੀ ਉਹ ਬਣਿਆ ਕੀ ਉਹ, ਤੇ ਲੁਧਿਆਣੇ ਦੇ ਵਿੱਚ ਉੱਥੋਂ ਚੇਂਜ ਕਰਕੇ ਲੁਧਿਆਣੇ ਆ ਗਏ ਵੀ ਉੱਥੇ ਤਾਂ ਲੋਕ ਬਣਨ ਨਹੀਂ ਦਿੰਦੇ। ਅੱਜ ਮੰਤਰੀ ਜਦੋਂ ਬਣੇ, 3 ਮਹੀਨੇ ਲਈ ਮੰਤਰੀ ਬਣੇ ਸੀ ਇਹ, ਉਹ 3 ਮਹੀਨੇ ਚ ਮੰਤਰੀ ਬਣ ਕੇ ਸਾਰੀ ਦੀ ਸਾਰੀ ਜਿਹੜਾ ਉਹਨਾਂ ਨੇ ਮਰਨ ਤੋਂ ਪਹਿਲਾਂ ਆਪ ਡੈਕਲਰੇਸ਼ਨ ਕੀਤਾ ਆਪਣੀ ਜਾਇਦਾਦ ਸਾਰੀ ਜਿਹੜੀ ਆ ਵੀ ਇਹ ਉਸ ਤੋਂ ਬਾਅਦ ਮੇਰੇ ਭਰਾ ਦੀ ਜਾਂ ਮੇਰੀ ਜਿਹੜੀ ਆ ਪ੍ਰੋਪਰਟੀ ਵੀ ਖਾ ਜਾਏਗੀ, ਉਹ ਸਾਰੀ ਪ੍ਰੋਪਰਟੀ ਉਹਨਾਂ ਨੇ ਆਪਣੇ ਭਰਾ ਦੇ ਨਾਂ ਕੀਤੀ। ਤੇ ਅੱਜ ਮੈਂ ਫੇਰ ਮੀਡੀਆ ਨੂੰ ਕਹਿਣਾ ਚਾਹੁੰਦਾ ਸਾਰਿਆਂ ਨੂੰ, ਸਤਿਕਾਰਯੋਗ, ਬਿਲਕੁਲ ਇਹ ਕਾਂਗਰਸ ਪਾਰਟੀ ਦੇ ਪ੍ਰਧਾਨ ਹੋਣਗੇ, ਪਰ ਤੁਸੀਂ ਰੱਬ ਦੇ ਵਾਸਤੇ ਅਸੀਂ ਲੁਧਿਆਣੇ ਨੂੰ ਬਚਾਉਣਾ ਹੈ, ਇਹ ਕਿਵੇਂ ਐ ਦੜਾਉਂਦੇ ਫਿਰ ਰਹੇ ਆ। ਇੱਕ ਕਾਤਲ, ਇੱਕ ਛੋਟੇ ਬੱਚਿਆਂ ਦੇ 3 ਸਾਲ ਦੀ ਉਮਰ ਕੀ ਹੁੰਦੀ ਆ ਬੇਟੇ ਦੀ, ਕਿਵੇਂ ਬਾਪ ਨੇ ਗੋਲੀ ਮਾਰੀ ਹੋ, ਤੁਸੀਂ ਦੇਖੋ ਤਾਂ ਅੰਦਾਜ਼ਾ ਤਾਂ ਲਓ। ਸੁੱਤੇ ਪਏ 3 ਸਾਲ ਦੇ ਬੇਟੇ ਨੂੰ ਇਹ ਵੜਿੰਗ ਸਾਹਿਬ ਤੇ ਇਹਦੇ ਸਾਲੇ ਡੰਪੀ ਵਿਨਾਇਕ, ਫਿਰ ਮੈਂ ਕਹਿੰਦਾ ਡੰਪੀ ਵਿਨਾਇਕ ਜਿਹੜਾ ਲੁਧਿਆਣੇ ਸੈਂਟਰਲ ਦੇ ਹਲਕੇ ਚ ਉੱਥੇ ਰੋਜ਼ ਘੁੰਮਦਾ, ਇਸ ਬੰਦੇ ਨੇ 7 ਸਾਲ ਦੀ ਬੇਟੀ ਨੂੰ ਪਏ ਸੁੱਤੇ ਪਏ ਮੰਜੇ ਤੇ ਬਾਪ ਨੇ ਗੋਲੀਆਂ ਮਾਰੀਆਂ, ਆਪਣੇ ਆਪ ਨੂੰ ਗੋਲੀਆਂ ਮਾਰੀਆਂ ਜਦੋਂ ਬੱਚਿਆਂ ਨੂੰ। ਜੇ ਤੁਸੀਂ ਐਸੇ ਬੰਦਿਆਂ ਨੂੰ ਇਹ ਸਵਾਲ ਨਹੀਂ ਕਰ ਰਹੇ, ਇਹਦੇ ਬਾਰੇ ਮੂੰਹ ਵੀ ਨਹੀਂ ਖੋਲਿਆ ਹਜੇ ਤੱਕ ਵੜਿੰਗ ਸਾਹਿਬ ਨੇ, ਨਾ ਇਹਨਾਂ ਦੀ ਵਾਈਫ ਧਰਮ ਪਤਨੀ ਮਿਸਿਸ ਵੜਿੰਗ ਨੇ ਖੋਲਿਆ, ਤੁਸੀਂ ਕਿਵੇਂ ਤੁਹਾਡਾ ਜੀ ਕਿਵੇਂ ਕਰੇ ਆਉਂਦਾ, ਤੁਸੀਂ ਤਿਆਰ ਬਿਆਰ ਹੋ ਕੇ ਕਿਵੇਂ ਤੁਰ ਪੈਂਦੇ ਹੋ ਰੋਜ਼, ਤੁਸੀਂ ਬੱਚੇ ਮਾਰੇ ਆ 2 ਬੱਚੇ,
ਤੇ ਪਿਤਾ ਤੁਸੀਂ ਇਸ ਤਰੀਕੇ ਨਾਲ ਤੁਹਾਨੂੰ ਇਹ ਲੱਗਦਾ ਵੀ ਕੋਈ ਗੱਲ ਹੀ ਨਹੀਂ ਹੋਈ, ਧੱਕੇ ਨਾਲ ਤੁਸੀਂ ਐਫ ਆਈ ਆਰ ਤੁਹਾਡੇ ਤੇ ਦਰਜ ਨੇ, ਤੁਹਾਡੇ ਤੇ ਸਾਰਾ ਜਿਹੜਾ ਉਹ ਮਰਨ ਤੋਂ ਪਹਿਲਾਂ ਉਹ ਲਿਖ ਕੇ ਗਏ ਨੇ ਆਪਣਾ, ਉਹਦੀ ਧਰਮ ਪਤਨੀ ਨੇ ਡੈਕਲਰੇਸ਼ਨ, ਉਹਨਾਂ ਨੇ ਬਿਆਨ ਲਿਖਾਇਆ, ਤੇ ਆਹੀ ਡੀਐਮਸੀ ਜਿਹੜਾ ਆਪਣੇ ਲੁਧਿਆਣੇ ਚ ਹਸਪੀਟਲ ਆ ਡੀਐਮਸੀ, ਇੱਥੇ ਆ ਕੇ ਉਹਨਾਂ ਦੀਆਂ ਡੈਥ ਹੋਈਆਂ, ਮੌਤਾਂ ਹੋਈਆਂ। ਇਸ ਕਰਕੇ ਪਛਾਣੋ ਇਹੋ ਜਿਹੇ ਦਰਿੰਦਿਆਂ ਨੂੰ। ਮੈਂ ਇੱਕ ਦਿਨ ਗੱਲ ਕੀਤੀ ਸੀ, ਮੈਨੂੰ ਸੀ ਵੀ ਸਾਰੇ ਇਹ ਗੱਲ ਦਾ ਕੋਈ ਨਾ ਕੋਈ ਸੂ ਮੋਟੋ, ਕੋਈ ਨਾ ਕੋਈ ਇਹਨਾਂ ਤੇ ਗੱਲ ਕਰਨਗੇ। ਉਲਟਾ ਇਹ ਕਹਿੰਦੇ ਵੀ ਸੀ ਬੀ ਆਈ ਦਾ ਮੇਰੇ ਤੇ ਕੇਸ ਖੋਲਣਾ, ਕਿਉਂ ਨਹੀਂ ਖੋਲਣਾ ਜੀ? ਐਡਾ ਵੱਡੇ ਕਤਲ ਤੁਸੀਂ ਕਰਵਾਏ ਨੇ, ਐਡੇ ਵੱਡੇ ਲੋਕ, ਇੱਕ ਪਰਿਵਾਰ ਖਾ ਗਏ ਤੁਸੀਂ ਪੂਰਾ ਬੜਿੰਗ ਸਾਹਿਬ। ਉਦੋਂ ਤੁਸੀਂ ਕਹਿੰਦੇ ਹੋ ਵੀ ਮੈਂ ਸ਼ਾਨੋ ਸ਼ੌਕਤ ਨਾਲ ਮੈਂ ਜੋਨਾ ਹੈ, ਉਹਨਾਂ ਦੇ ਜਿਨ੍ਹਾਂ ਦੇ ਬੱਚੇ ਆ ਉਹਨਾਂ ਦੇ ਨੀ ਜੀ ਕਰਦਾ ਸੀ ਵਧੀਆ ਕੱਪੜੇ ਪਾਉਣ ਨੂੰ, ਉਹਨਾਂ ਦੇ ਨੀ ਉਹ ਮਾਂ ਬਾਪ ਦਾ ਜੀ ਕਰਦਾ ਸੀ ਅਸੀਂ ਵਧੀਆ ਆਪਣੇ ਬੱਚਿਆਂ ਨੂੰ ਪੜ੍ਹਾਈਏ? ਤੁਹਾਡੇ ਵੀ ਬੱਚੇ ਆ, ਅੱਜ ਉਹ ਵੀ ਵੱਡੇ ਹੋਏ ਹੁੰਦੇ, ਉਹ ਵੀ ਜਵਾਨ ਹੋਏ ਹੁੰਦੇ, ਉਹ ਮਾਂ ਅੱਜ ਦੇਖੋ ਉਹਦਾ ਹਾਲ ਕੀ ਆ, ਜਿਹੜੀ ਤੁਸੀਂ ਬਿਲਕੁਲ ਖਤਮ ਕਰਕੇ ਰੱਖਤੀ, ਉਹ ਤਾਂ ਰੋਂਦੀ ਆ ਉਸ ਤਕਦੀਰ ਨੂੰ ਵੀ ਮੈਂ ਬਚ ਕਿਵੇਂ ਗਏ, ਉਹਦਾ ਘਰ ਵਾਲਾ ਚਲਾ ਗਿਆ, ਉਹਦੇ ਦੋਨੋਂ ਬੱਚੇ, ਤੁਸੀਂ ਸਿਰਫ ਤੋਂ ਪੈਸੇ ਹੀ ਮੰਗਦੇ ਸੀ ਯਾਰ, ਪੈਸੇ ਪਿੱਛੇ ਤੁਸੀਂ ਜਾਨ ਲੈ ਲਈ, ਕੀ ਗੱਲ ਕੀ ਸੀ? 1 ਕਰੋੜ ਰੁਪਇਆ, 2-2, 3-3 ਕਰੋੜ ਦੀਆਂ ਤਾਂ ਤੁਹਾਡੇ ਕੋਲ ਕਾਰਾਂ ਨੇ, 5-5 ਕਰੋੜ ਦੀਆਂ ਤਾਂ ਕਾਰਾਂ ਨੇ ਤੁਹਾਡੇ ਕੋਲ, ਤੁਸੀਂ 1 ਕਰੋੜ 20 ਲੱਖ ਰੁਪਇਆ ਉਹਦਾ ਦੇ ਦਿੰਦੇ ਵਾਪਸ, ਪਰ ਤੁਸੀਂ ਕਿਹਾ ਨਹੀਂ। ਇਸ ਕਰਕੇ ਐਡੀ ਗੰਭੀਰ ਐਫ ਆਈ ਆਰ ਦਰਜ ਨੇ ਤੁਹਾਡੇ ਤੇ, ਤੁਸੀਂ ਉਸ ਗੱਲ ਦਾ ਅੱਜ ਤੱਕ ਜਵਾਬ ਨਹੀਂ ਦਿੱਤਾ। ਬੋਲੋ ਤਾਂ ਸਹੀ ਵੀ ਇਹ ਕੀ ਸੀ, ਕਿਉਂ ਤੁਸੀਂ ਤੁਹਾਡੇ ਤੇ ਸਾਲੇ ਨੇ ਤੁਹਾਡੇ ਨੇ ਇਹ ਕੰਮ ਇਲਜ਼ਾਮ ਦਿੱਤਾ, ਤੇ ਬੜੇ ਤਰੀਕੇ ਨਾਲ ਦਿੱਤਾ ਤੁਸੀਂ, ਉਦੋਂ ਪੈਸੇ ਲੈ ਕੇ ਉਹਨੂੰ ਫਸਾ ਤਾ, ਜਦੋਂ ਹਰ ਟਰੱਕ ਡਰਾਈਵਰ ਉਹ ਤੋਂ ਪੈਸੇ ਮੰਗਦਾ ਸੀ ਜਿਹੜਾ ਉਹਨੇ ਕੰਮ ਕੀਤਾ ਸੀ ਢੋਆ ਢਵਾਈ ਦਾ, ਪਰ ਇਹਦਾ ਜਵਾਬ ਜ਼ਰੂਰ ਦਿਓ। ਮੈਂ ਸਵੇਰੇ ਫੇਰ, ਮੈਨੂੰ ਸਾਰਿਆਂ ਨੇ ਕਿਹਾ ਹੈਗਾ ਵੀ ਅੱਜ ਤੱਕ ਤਾਂ ਜੀ ਉਹ ਤਾਂ ਫੇਰ ਪਰਿਵਾਰ ਉਹਨਾਂ ਦੇ ਰਿਸ਼ਤੇਦਾਰਾਂ ਨੇ ਮੈਨੂੰ ਅੱਜ 2 ਦਿਨ ਦੇ ਫੇਰ ਟੈਲੀਫੋਨ ਤੇ ਟੈਲੀਫੋਨ ਕਰ ਰਹੇ ਹੋ, ਕਹਿੰਦੇ ਜੀ ਇਹ ਮੌਕਾ ਸਾਨੂੰ ਇਨਸਾਫ ਤਾਂ ਦਵਾ ਦਿਓ। ਉਹ ਬੱਚਿਆਂ ਦੇ ਮਾਮੇ ਤਾਏ ਚਾਚੇ ਰੋਜ਼ ਦਾਦਾ ਨਾਦੀ ਨਾਨਾ ਨਾਨੀ ਟੈਲੀਫੋਨ ਕਰ ਰਹੇ ਆ ਵੀ ਇਹ ਮੌਕਾ ਜੀ ਲੋਕਾਂ ਨੂੰ ਕਚਹਿਰੀ ਚ ਦੱਸੋ, ਅਸੀਂ ਤਾਂ ਮੂਹਰੇ ਆ ਨਹੀਂ ਸਕਦੇ, ਇਹਦਾ ਕੀ ਪਤਾ ਕਿੰਨੇ ਇਹਨਾਂ ਕੋਲ ਬੰਦੇ ਨੇ ਸਾਨੂੰ ਫੇਰ ਮਰਵਾ ਦੇ। ਅੱਜ ਮੈਨੂੰ ਫੇਰ 2 ਦਿਨ ਹੋ ਗਏ ਉਹਨਾਂ ਨੂੰ ਵੀ ਤੁਸੀਂ ਗੱਲ ਕੀਤੀ ਸੀ, ਅੱਜ ਫੇਰ ਤੁਸੀਂ ਗੱਲ ਦੁਬਾਰਾ ਕਰੋ ਵੀ ਸਾਨੂੰ ਸਾਡਾ ਸਾਡੇ ਪੋਤਿਆਂ ਦਾ ਸਾਡੇ ਦੋਹਤਿਆਂ ਦਾ ਦੋਤਾ ਦੋਤੀ ਦਾ ਸਾਨੂੰ ਇਨਸਾਫ਼ ਮਿਲ ਸਕੇ। ਬੜਿੰਗ ਸਾਹਿਬ ਇਹ ਬਹੁਤ ਇੱਕ ਤੁਸੀਂ ਮਤਲਬ ਐਡਾ ਵੱਡਾ ਪਾਪ ਕੀਤਾ ਹੈ ਜਿਹਦਾ ਮੈਂ ਸਮਝਦਾ ਕੋਈ ਵੀ ਤੁਹਾਡੇ ਕੋਈ ਜਵਾਬ ਨਹੀਂ, ਕੋਈ ਮਾਫ਼ੀ ਨਹੀਂ। ਇਸ ਕਰਕੇ ਮੈਂ ਅੱਜ ਦੁਬਾਰਾ ਤੁਹਾਨੂੰ ਕਹਿਣਾ, ਤੁਸੀਂ ਇਸ ਗੱਲ ਦਾ ਜਵਾਬ ਦਿਓ, ਤੁਸੀਂ ਕਿਉਂ ਬੱਚੇ ਉਹਨਾਂ ਦਾ ਕਤਲ ਕੀਤਾ, ਕਿਉਂ ਉਹਨਾਂ ਦਾ ਬਾਪ ਦਾ ਕਤਲ ਕੀਤਾ, ਕਿਉਂ ਤੁਸੀਂ ਇੱਕ ਹੱਸਦਾ ਵੱਸਦਾ ਪਰਿਵਾਰ ਸਿਰਫ 1 ਕਰੋੜ 22 ਲੱਖ ਪਿੱਛੇ ਤੁਸੀਂ ਮਾਰਤਾ? ਫਿਰ ਗੈਂਗਸਟਰ ਨੂੰ ਆਪਾਂ ਕਹਿੰਦੇ ਹਾਂ ਵੀ ਗੈਂਗਸਟਰ ਨੇ ਉਹ ਪੈਸੇ ਲੈ ਕੇ ਮਾਰਦੇ ਆ, ਤੇ ਆਪਾਂ ਵੀ ਤਾਂ ਉਹੀ ਕੰਮ ਕੀਤਾ, ਆਪਾਂ ਇੰਨਾ ਟੋਰਚਰ ਕਰ ਕਰ ਉਹਨਾਂ ਨੂੰ ਆਪ ਉਹਨਾਂ ਨੂੰ ਇਹ ਫੈਸਲਾ ਕਰਨਾ ਪਿਆ। ਇਸ ਕਰਕੇ ਤੁਸੀਂ ਇਹ ਗੱਲਾਂ ਦਾ ਜਵਾਬ ਦਿਓ, ਸਾਰਾ ਪਰਿਵਾਰ ਰੋਜ਼ ਮੈਨੂੰ ਆ ਕੇ ਇਹ ਗੱਲਾਂ ਦਾ ਜਵਾਬ ਆ ਤੁਹਾਨੂੰ ਪੁੱਛਣ ਨੂੰ ਕਹਿੰਦਾ ਹੈ। ਮੈਂ ਪਰ ਉਹਨਾਂ ਦੀ ਫੈਮਿਲੀ ਨਾਲ ਖੜਾ ਹੈ, ਮੈਂ ਉਹਨਾਂ ਦੇ ਪੂਰੇ ਪਰਿਵਾਰ ਨਾਲ, ਉਹਨਾਂ ਦੇ ਰਿਸ਼ਤੇਦਾਰ ਨਾਲ ਖੜਾ ਹੈ, ਇਨਸਾਫ਼ ਤੁਹਾਨੂੰ ਦਵਾ ਕੇ ਰਹਾਂਗੇ, ਇਹ ਮੈਂ ਵਿਸ਼ਵਾਸ ਦਵਾਉਣਾ ਤੁਹਾਨੂੰ। ਲੁਧਿਆਣੇ ਦੇ ਲੋਕ ਵੀ ਇਹ 100% ਉਹਨਾਂ ਦੀ ਮਾਂ ਨਾਲ, ਉਹਨਾਂ ਦੇ ਦਾਦਾ ਦਾਦੀ ਨਾਨਾ ਨਾਨੀ ਸਾਰੇ ਪਰਿਵਾਰ ਨਾਲ, ਲੁਧਿਆਣੇ ਦੇ ਲੋਕ ਵੀ ਨਾਲ ਖੜੇ ਆ, ਤੇ ਵੜਿੰਗ ਸਾਹਿਬ ਨੂੰ ਪੂਰਾ ਸਬਕ ਜਿਹੜਾ ਹੈ ਲੁਧਿਆਣੇ ਦੇ ਲੋਕ ਸਿਖਾਉਣਗੇ, ਮੈਨੂੰ ਵਿਸ਼ਵਾਸ ਆ, ਕਿਉਂਕਿ ਹਰ ਦੇ ਬੱਚਾ ਇਹ ਕਰੇ, ਹਰ ਦੇ ਪੋਤਾ ਪੋਤੀ, ਹਰ ਦੇ
ਘਰੇ ਜਿਹੜੇ ਨੇ ਉਹ ਬੱਚੇ ਫਲਵਾੜੀ ਹੁੰਦੀ ਆ, ਤੁਸੀਂ ਉਹ ਪਰਿਵਾਰ ਖਾ ਗਏ, ਸਾਰਾ ਪਰਿਵਾਰ ਖਾ ਗਏ ਤੁਸੀਂ। ਹਜੇ ਹੋਰ ਪਤਾ ਨੀ ਕਿੰਨੀਆਂ ਗੱਲਾਂ ਨੇ ਜਿਹੜੀਆਂ ਤੁਸੀਂ ਕੀਤੀਆਂ, ਪਰ ਇਹਦਾ ਜਵਾਬ ਆ ਜਿਹੜਾ ਤੁਸੀਂ ਜੇ ਨਹੀਂ ਦਿੱਤਾ ਤੇ ਲੁਧਿਆਣੇ ਦੇ ਲੋਕ ਤੁਹਾਨੂੰ ਜਵਾਬ ਦੇਣਗੇ। ਧੰਨਵਾਦ।